ਤੇ ਆ ਕੇ ਪੱਥਰ ਰੱਖਣੇ ਉੱਥੇ ਪਰੇ ਗੁਮੀਆਂ ਖਾਣ ਜਾਈਦਾ ਸੀ ਅਤੇ ਜਦੋਂ ਟ੍ਰੇਨ ਆਉਂਦੀ ਦੇਖ ਰਿਹਾ ਪੱਥਰ ਰੱਖ ਕੇ ਆ ਪਰੇ ਹੋ ਜਾਣਾ ਉਹ ਫਿਰ ਡੱਬੇ ਜਦੋਂ ਟੱਪਦੇ ਸੀ ਤਾਂ ਬੜਾ ਮਜ਼ਾ ਆਉਂਦਾ ਸੀ ਵੀ ਟ੍ਰੇਨ ਉੱਛਲਦੀ ਆ ਹਾਲਾਂਕਿ ਭਾਵੇਂ ਨੀਚੇ ਗਿਰ ਜਾ ਲੈਨ 'ਤੇ ਜਾ ਕੇ ਪੱਥਰ ਰੱਖਣੇ ਗੱਡੀ ਆਉਣੀ ਡੱਬੇ ਟੱਪਣੇ ਗੱਡੀ ਰੁਕਣੀ ਲੁਕ ਛੁਪ ਜਾਣਾ ਪੁਲਿਸ ਨੇ ਫੜ ਕੇ ਮਾਂਜਾ ਲਾਉਣਾ ਅਤੇ ਛੱਪੜ 'ਚੋਂ ਜਦ ਆਂਡੇ ਕੱਢਣੇ ਇੱਥੇ ਛੱਪੜ ਹੁੰਦਾ ਸੀ ਵੱਡੀਆਂ ਬਤਖਾਂ ਇੱਥੇ ਨਾ 20-20 ਆਂਡੇ ਦੇ ਜਾਂਦੀਆਂ ਸੀ ਛੱਪੜ 'ਚੋਂ ਜਦ ਆਂਡੇ ਕੱਢਣੇ ਬਤਖਾਂ ਅੱਗੋਂ ਆਨੇ ਟੱਡਣੇ ਸਾਹ ਲੈ ਜਾਂਦਾ ਤਾਂ ਦਾ ਤਾਂ ਸੀ ਪੰਡ ਪੜਾਉਣ ਦੀ ਗੱਡੀ ਤਾਂ ਸੀ ਅਤੇ ਅੱਧੀ ਵੇਲੇ ਪੱਟੀ ਧੋਣੀ ਅੱਧੀ ਵੇਲੇ ਪੱਟੀ ਧੋਣੀ ਪੋਚਾ ਦੇਣਾ ਫਿਰ ਸੁਕਾਉਣੀ ਜੇ ਨਾ ਕਿਸੇ ਨੂੰ ਡੋਬੇ ਦੇਣੇ ਘਰ ਤੱਕ ਉਹਦੇ ਸੁਣਨੇ ਮਿਹਣੇ ਤੂੰ ਮੈਨੂੰ ਡੋਬੇ ਨਹੀਂ ਦਿੱਤੇ ਜੇ ਨਾ ਕਿਸੇ ਨੂੰ ਡੋਬੇ ਦੇਣੇ ਘਰ ਤੱਕ ਉਹਦੇ ਸੁਣਨੇ ਮਿਹਣੇ ਸ਼ੂਗਰ ਮਿਲ ਨੂੰ ਵੇਖਣ ਜਾਣਾ ਉਹ ਜਿਹੜੇ ਸਾਇੰਸ ਦੇ ਸਟੂਡੈਂਟ ਸੀ ਉਹਨਾਂ ਨੂੰ ਕਹਿੰਦੇ ਦੇਖ ਕੇ ਆਓ ਵੀ ਮੋਟੀ ਖੰਡ ਜਿਹੜੀ ਚਿੱਟੀ ਹੈ ਕਿੱਦਾਂ ਬਣਦੀ ਸ਼ੂਗਰ ਮਿਲ ਨੂੰ ਦੇਖਣ ਜਾਣਾ ਚਿੱਟੀ ਖੰਡ ਅਤੇ ਮੋਟਾ ਦਾਣਾ ਸਾਇੰਸ ਪੜ੍ਹਨ ਦਾ ਸ਼ੌਕ ਜਵਾਨ ਸੀ ਪੜ੍ਹਨ ਪੜਾਉਣ ਦੀ ਗੱਟੀ ਥਾਂ ਸੀ ਅਤੇ ਚੋਰੀ ਕਰਕੇ ਘਰੋਂ ਤੰਬਾਕੂ ਇਹਦੇ ਬਾਬਾ ਇੱਕ ਗੱਲ ਸੀ ਲੁਹਾਰ ਉਹ ਕਹਿੰਦਾ ਤੰਬਾਕੂ ਦਾ ਰੱਸਾ ਲਿਆਓ ਮੈਂ ਤੁਹਾਨੂੰ ਚਾਕੂ ਬਣਾ ਦਿਆਂਗਾ ਵੱਡੀ ਥਰੀ ਵਾਲਾ ਉਹ ਗੰਨੇ ਵੱਢਣ ਨੂੰ ਕੰਮ ਆਉਂਦਾ ਆਰਾਮ ਫੌਜੀਆਂ ਦੇ ਨਾ ਗੰਨੇ ਵੱਢ ਕੇ ਝੂਪਣੇ ਉਹਨੂੰ ਪਤਾ ਨਹੀਂ ਸੀ ਲੱਗਦਾ ਗੰਨਾ ਇੰਨੀ ਜਲਦੀ ਵੱਢ ਦਿੰਦਾ ਸੀ ਖੜਾਕ ਨਹੀਂ ਸੀ ਹੁੰਦਾ ਅਤੇ ਚੋਰੀ ਕਰਕੇ ਘਰੋਂ ਤੰਬਾਕੂ ਗੰਨੇ ਖਾਣ ਨੂੰ ਲੈਣਾ ਚਾਕੂ ਭੱਠੀ ਉੱਤੇ ਕਣਕ ਲਿਆਉਣੀ ਆਪੂ ਮੱਕੀ ਨਾਲ ਵਟਾਉਣੀ ਆਪੂ ਮੱਕੀ ਨਾਲ ਵਟਾਉਣੀ ਦਾਣੇ ਚੱਬਦਿਆਂ ਘਰ ਨੂੰ ਜਾਣਾ ਇੱਦਾਂ ਆਪਣਾ ਡੰਗ ਟਪਾਉਣਾ ਬਾਲੀ ਉਮਰ ਅਤੇ ਦੂਰ ਗ੍ਰਾਂ ਸੀ ਪੜ੍ਹਨ ਪੜਾਉਣ ਦੀ ਗੱਟੀ ਤਾਂ ਸੀ ਅਤੇ ਪੀ ਟੀ ਸਾਹਿਬ ਨੇ ਤਾਂਬੜ ਲਾਉਣਾ ਸਰਵਰ ਸਾਹਿਬ ਨੇ ਪੀ ਟੀ ਸਾਹਿਬ ਨੇ ਤਾਂਬੜ ਲਾਉਣਾ ਤੱਤੇ ਥਾਂ 'ਤੇ ਲੰਮਿਆਂ ਪਾਉਣਾ ਫਿਰ ਵੀ ਇੱਥੇ ਪਿਆਰ ਬੜਾ ਸੀ ਟੀਚਰ ਦਾ ਇਤਬਾਰ ਬੜਾ ਸੀ ਗੱਲਾਂ ਗੱਲਾਂ ਵਿੱਚ ਸਮਝਾਉਣਾ ਛੁੱਟੀਆਂ ਬਾਅਦ ਵੀ ਮੁਫਤ ਪੜ੍ਹਾਉਣਾ ਟੀਚਰ ਤਮਾਂ ਤੋਂ ਬਹੁਤ ਪਰਾਂ ਸੀ ਪੜ੍ਹਨ ਪੜਾਉਣ ਦੀ ਗੱਡੀ ਥਾਂ ਸੀ ਅਤੇ ਖੇਡਾਂ ਵਿੱਚ ਇਹਦੀ ਸਰਦਾਰੀ ਗੱਡੀ ਸਕੂਲ ਖੇਡਾਂ ਵਿੱਚ ਇਹਦੀ ਸਰਦਾਰੀ ਅੱਜ ਤੱਕ ਮਨ ਦੀ ਖਲਕਤ ਸਾਰੀ ਬਰੇ ਆਜ਼ਮ ਗੱਡੀ ਸੁਣ ਕੇ ਹੋ ਜਾਂਦੀ ਸੀ ਹੈਬਤ ਤਾਰੀ ਅਤੇ ਹੋ ਜਾਂਦੀ ਸੀ ਹੈਬਤ ਤਾਰੀ ਬੂਰੀਆਂ ਮੱਝਾਂ ਚੁੰਘਦੇ ਗੱਭਰੂ ਕਰਦੇ ਸਾਰਾ ਸਾਲ ਤਿਆਰੀ ਬੂਰੀਆਂ ਮੱਝਾਂ ਚੁੰਘਦੇ ਗੱਭਰੂ ਕਰਦੇ ਸਾਰਾ ਸਾਲ ਤਿਆਰੀ ਮਾਵਾਂ ਜੰਮਦੀਆਂ ਸ਼ੇਰ ਜਵਾਨ ਸੀ ਪੜ੍ਹ ਪੜਾਉਣ ਦੀ ਗੱਟੀ ਥਾਂ ਸੀ ਅਤੇ ਸੋਚਣਾ ਜੇ ਗੱਟੀ ਨਾ ਜਾਂਦੇ ਵਾਈਡ ਅਪ ਸੋਚਣਾ ਜੇ ਗੱਟੀ ਨਾ ਜਾਂਦੇ ਅਸੀਂ ਵੀ ਕਿਧਰੇ ਖੋਤੇ ਬਾਂਹਦੇ ਨਾ ਹੁੰਦੀਆਂ ਇਹ ਲੰਮੀਆਂ ਕਾਰਾਂ ਪੈਦਲ ਫਿਰਦੇ ਵਾਂਗ ਵਾਰਾਂ ਇਲਮ ਦਾ ਇਹ ਦੀਵਾ ਨਾ ਬਲਦਾ ਹਨੇਰਾ ਇੱਥੋਂ ਕਦੀ ਨਾ ਟਲਦਾ ਗੱਟੀ ਇੱਕ ਤਹਿਰੀਕ ਦਾ ਨਾਂ ਸੀ ਪੜ੍ਹਨ ਪੜਾਉਣ ਦੀ ਗੱਟੀ ਥਾਂ ਸੀ ਅਤੇ ਗੱਟੀ ਦੀ ਤਕਰੀਮ ਨਾ ਭੁੱਲੋ ਇਹ ਸਾਡਾ ਅਦਾਰਾ ਹੈ ਨਾ ਇਹਦੀ ਇੱਜ਼ਤ ਕਰਨੀ ਚਾਹੀਦੀ ਗੱਟੀ ਦੀ ਤਕਰੀਮ ਨਾ ਭੁੱਲੋ ਟੀਚਰ ਦੀ ਤਾਜ਼ੀਮ ਨਾ ਭੁੱਲੋ ਇਹ ਜਬਰੀਲ ਦੀਆਂ ਤਸਵੀਰਾਂ ਜਬਰੀਲ ਅਮੀਨ ਨੇ ਨਬੀ ਪਾਕ ਨੂੰ ਆ ਕੇ ਇਕਰਾ ਸਬਕ ਦਿੱਤਾ ਅਤੇ ਉਹ ਹੀ ਤਸਵੀਰ ਟੀਚਰ ਇਹ ਜਬਰੀਲ ਦੀਆਂ ਤਸਵੀਰਾਂ ਗੱਟੀ ਬਦਲਦੀਆਂ ਤਕਦੀਰਾਂ ਇਹ ਜਬਰੀਲ ਦੀਆਂ ਤਸਵੀਰਾਂ ਗੱਟੀ ਬਦਲਦੀਆਂ ਤਕਦੀਰਾਂ ਬੋੜ ਦੀਆਂ ਇਹ ਠੰਡੀਆਂ ਛਾਵਾਂ ਸੱਚਮੁੱਚ ਅਰਸ਼ਾਂ ਦਾ ਪਰਛਾਵਾਂ ਜ਼ਫਰ ਦਾ ਗੱਟੀ ਉੱਚਾ ਨਾਂ ਸੀ ਪੜ੍ਹਨ ਪੜਾਉਣ ਦੀ ਗੱਟੀ ਥਾਂ ਸੀ ਸਾਨੂੰ ਵੀ ਪਤਾ ਇਹਦੇ ਬੈਠੇ ਚਲੋ ਕੋਈ ਤਾਂ ਦੇਖੇਗਾ ਜੀ।